नमस्कार, आप देख रहे हैं वॉइस ऑफ इंडिया और मैं हूं आपके साथ मोहिनी कुशवाहा। बात करते हैं पंजाब की। पंजाब के नौजवानों को विदेश जाने की इतनी लालसा है कि अगर वो कहीं जाने से चूक जाएं तो अपनी ज़िंदगी तक ख़त्म कर लेते हैं। ऐसे ही मामला मोगा के बागापुराना का है, जहां सुखदेव सिंह नाम के युवक ने कैनेडा ना जाने और पत्नी के धोखा देने से निराश होकर खुद को गोली मारकर आत्महत्या कर ली। मिली जानकारी के अनुसार सुखदेव की शादी करीब 2.5 साल पहले लुधियाना की रहने वाली गुरमीत कौर से हुई थी, जिसके बाद गुरमीत को कनाडा भेजने के लिए करीब 20-25 लाख का खर्चा किया और कनाडा भेजने में कामयाब हो गया। मगर कनाडा पहुंचते ही गुरमीत कौर ने सुखदेव को कनाडा ना बुलाने से इनकार कर दिया और तलाक मांगने लगी, जिस कारण सुखदेव ने मौत को गले लगा लिया। पुलिस ने आत्महत्या के लिए उकसाने का मामला दर्ज कर लिया है और जाँच शुरू कर दी है। आइए सुनते हैं परिवार वालों को और SHO बागापुराना को। बाबू सिंह जी, सुखदीव नाल तुहाडी की रिश्तेदारी है? सुखदीव मेरा भतीजा जी। की गल हुई मौत दा करन दी? मौत जी बाहर घरे व्याह करा के ते ओने जवाब दिता बाहर तो जी। किने जवाब दिता? ओदे घर आई ने जी, गुरमीत कौर ने। अच्छा, ते बाहर करना ओने फिर ओ परेशान होके ओने आप दे गोली मार। कदों व्याह होया सी सुखदीव दा? 2-2.5 साल पहला होया सी जी। अच्छा, ओ ते खर्चा खुर्चा किने कीता सी? खर्चा सारा इन्हां ने कीता सी जी। उस तों बाद तलाक दे दे मैं ਵਿਆਹ ਹੋਰ ਕਿਨਾ ਕਰਵਾ ਦੇਣਾ ਇੱਕ ਹੋਰ। ਅੱਛਾ, ਉਹਨੇ ਉਸ ਕੰਮ 'ਚ ਆ ਕੇ ਆਪਦੇ ਰਾਤ ਨੂੰ 12 ਵਜੇ 11 ਵਜੇ ਰਾਤ ਨੂੰ ਉਹਨੇ ਆਪਦੇ ਗੋਲੀ ਮਾਰਤੀ। ਕਿੰਨਾ ਕੁ ਖਰਚਾ ਹੋਇਆ ਸੀ ਇਹ ਸਾਰੇ? ਇਹ ਤੇ 25-30 ਲੱਖ ਰੁਪਏ ਦਾ ਖਰਚਾ ਹੋ ਗਿਆ ਇਹਨਾਂ ਦਾ। ਸਾਰਾ ਖਰਚਾ ਇਹਨਾਂ ਨੇ ਕੀਤਾ, ਵਿਆਹ ਵੂਹ ਦਾ ਸਾਰਾ ਕੁਝ ਕੀਤਾ ਜੀ। ਅੱਛਾ, ਅਤੇ ਹੁਣ ਕਾਰਨ ਕੀ ਹੋਇਆ ਵੀ ਉਹਨੇ ਮਨਾ ਕਰਤਾ? ਹੁਣ ਕਾਰਨ ਇਹ ਜੀ, ਜਿਹੜਾ ਇਹ ਮੋਗੇ ਆ ਇਹਦਾ ਸਾਢੂ ਦਾ, ਉਹ ਕਹਿੰਦੇ ਮੈਂ ਸਾਗ ਹੋਰ ਕਿਸੇ ਨੂੰ ਕਰਾਉਂਦਾ ਸਾਲੀ ਦੇ ਉਹਦੀ। ਉਹ ਕਹਿੰਦੇ ਵੀ ਤਗੜਾ ਪਤੇ ਨੂੰ ਉਹਨਾਂ ਨੂੰ ਸਾਗ ਕਰਾਓ ਤੂੰ, ਇਹਨੂੰ ਜਵਾਬ ਦੇ ਦੇ। ਅੱਛਾ, ਤੇ ਵਿਆਹ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਵੀ ਇਹਨੂੰ ਬਾਹਰ ਭੇਜਣਾ ਕੁੜੀ ਨੂੰ? ਹਾਂ ਜੀ, ਗੱਲ ਹੋਈ ਸੀ ਵਿਆਹ ਤੋਂ ਪਹਿਲਾਂ। ਅੱਛਾ, ਵੀ ਬਾਹਰ ਘੱਲਾਂਗੇ। ਤੇ 2 ਵਾਰੀ ਇਹਨੇ ILS ਇੱਥੇ ਮੋਗੇ ਕਰਾਇਆ ਜੀ, ਇੱਕ ਵਾਰੀ ਪਹਿਲਾਂ ਕਰਾਇਆ, ਨੰਬਰ ਘੱਟ ਆਏ, ਮੁੜ ਕੇ ਫੇਰ ਕਰਾਇਆ, ਫਿਰ 6 ਨੰਬਰ ਆ ਗਏ ਜੀ। ਅੱਛਾ, ਤੇ ਮੁੜ ਕੇ ਇਹਨੇ ਫਿਰ ਉੜ ਕੇ ਬਾਹਰ ਨੂੰ ਘਰ ਪੈਸੇ ਰੱਖ ਘਰ ਦੀ ਬਾਹਰ ਇਹਨੇ ਕੋਈ ਰੌਲਾ ਕੌਲਾ ਨਹੀਂ ਉਦੋਂ ਹੋਰ ਰੌਲਾ ਹੋਰ ਇਹਨੇ ਪਾਇਆ ਸਾਰਾ। ਉੱਥੇ ਜਾ ਕੇ ਮਨ ਬਦਲ ਗਿਆ ਗੁਰਮੀਤ ਦਾ? ਉੱਥੇ ਆ ਕੇ ਮਨ ਬਦਲ ਗਿਆ ਉਹਦਾ। ਤੇ ਰਿਵਾਲਵਰ ਇਹਦੇ ਕੋਲ ਆਪਦੀ ਸੀ? ਰਾਵ ਹਾਂ ਜੀ, ਆਪਦਾ ਇਹਦਾ ਮਾਮਲਾ ਹੈ ਜੀ। ਉਹਦਾ ਕੁਛ ਕੁਛ ਥੋੜ੍ਹੇ ਚਿਰ ਪਹਿਲਾਂ ਉਹਦਾ ਵਿਆਹ ਹੋਇਆ ਸੀਗਾ ਅਤੇ ਉਹਦੀ ਵਾਈਫ ਮਈ ਮਹੀਨੇ 'ਚ ਬਾਹਰ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਇਹਦਾ ਕੋਈ ਉਹਨਾਂ ਮਾੜਾ ਮੋਟਾ ਡਿਸਪਿਊਟ ਪੈ ਗਿਆ ਵੀ ਉਹਦੇ ਘਰ ਦੇ, ਜਿੱਦਾਂ ਉਹਨਾਂ ਨੇ ਘਰਦਿਆਂ ਨੇ ਦੱਸਿਆ ਵੀ ਉਹ ਇਹਨਾਂ 'ਤੇ ਇਹ 'ਤੇ ਪ੍ਰੈਸ਼ਰ ਪਾ ਰਹੀ ਸੀ ਅਤੇ ਇੱਕ ਉਹਦੀ ਭੈਣ ਪ੍ਰੈਸ਼ਰ ਪਾ ਰਹੀ ਸੀ ਭੈਣ 'ਤੇ ਇਹਦਾ ਸਾਂਢੂ ਵੀ ਡਿਵੋਰਸ ਦੇ, ਉਹਨੂੰ ਡਿਵੋਰਸ ਦੇ। ਅਤੇ ਕੱਲ੍ਹ ਵੀ ਕੋਈ ਇਹਨਾਂ ਦੀ ਇੱਦਾਂ ਹੀ ਫੋਨ 'ਤੇ ਕੋਈ ਤਕਰਾਰ ਹੋਇਆ, ਉੱਥੋਂ ਬਾਹਰੋਂ ਫੋਨ ਆਇਆ ਉਹਦੇ ਘਰ ਦੇ ਉੱਤੇ। ਅਸੀਂ ਤਾਂ ਅਜੇ ਫੋਨ ਵੇਖਿਆ ਨਹੀਂ, ਫੋਨ ਚੈੱਕ ਕਰੋ ਉਹਦੇ 52 ਕਾਲਸ ਸੀਗੀਆਂ ਇਹਨੇ ਕੀਤੀਆਂ, ਉਹਨਾਂ ਨੇ ਚੁੱਕਿਆ ਨਹੀਂ ਸੀਗਾ। ਅਤੇ ਬਸ ਉਸ ਤੋਂ ਬਾਅਦ ਸੁੱਤਾ ਉਸ ਉਹਦੇ ਘਰ ਦੇ ਕਹਿੰਦੇ ਵੀ ਸਵੇਰੇ ਤੜਕੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸਰ, ਕਿਸ ਧਾਰਾ ਕੇ ਤਹਿਤ ਮਾਮਲਾ ਦਰਜ ਕੀਤਾ ਔਰ ਕਿਨ ਲੋਕਾਂ ਪਰ ਹੋਇਆ? 4 ਲੋਕਾਂ ਦੇ ਖਿਲਾਫ FIR ਦਰਜ ਕੀਤੀ ਹੈ ਅੰਡਰ ਸੈਕਸ਼ਨ 306 IPC। ਤੇ ਸਰ, ਕੋਈ ਮੌਕੇ ਸੇ ਸੁਸਾਈਡ ਨੋਟ ਵੀ ਮਿਲਾ ਕੁਛ? ਨਹੀਂ, ਕੋਈ ਸੁਸਾਈਡ ਨੋਟ। ਸਰ, ਪੁਲਿਸ ਕੀ ਤਰਫ ਸੇ ਅਗਲੀ ਕਾਰਵਾਈ ਕਿਆ ਹੋਈ? ਅਗਲੀ ਕਾਰਵਾਈ ਇਹ ਹੈ FIR ਦਰਜ ਕਰਕੇ ਅਸੀਂ ਪੋਸਟਮਾਰਟਮ ਕਰਵਾ ਕੇ ਡੈਡ ਬੋਡੀ ਦੇਵਾਂਗੇ ਪਹਿਲਾਂ ਤਾਂ, ਫਿਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ। ਸਰ, ਜੋ ਦੋਸ਼ੀ ਪਾਏ ਗਏ ਜਿਨਕੇ ਖਿਲਾਫ FIR ਦਰਜ ਹੋਈ ਹੈ, ਕਿਆ ਉਹ ਯਹੀਂ ਪਏ ਜਾਂ ਆਊਟ ਆਫ ਕੰਟਰੀ ਹੈ? ਨਹੀਂ, ਇਹ ਇੱਦਾਂ ਜਿਹਾ ਇਨਵੈਸਟੀਗੇਸ਼ਨ 'ਚ ਹੀ ਆਊਗਾ, ਪਤਾ ਲੱਗੂਗਾ ਵੀ ਅਸੀਂ, ਕਿਉਂਕਿ ਇਹੋ ਜਿਹੀ ਸਿਚੁਏਸ਼ਨ ਨਹੀਂ ਸੀ ਜਿਹਦੇ ਘਰਦਿਆਂ ਨਾਲ ਆਪਾਂ ਪੂਰੀ ਗੱਲ ਕਰ ਸਕੀਏ। ਉਹ ਬੜੇ ਡਿਪਰੈਸ਼ਨ 'ਚ ਸੀਗੇ ਅਤੇ ਕੋਈ ਨਹੀਂ ਪਤਾ ਕਰਕੇ। ਇੱਕ ਤਾਂ ਵਾਈਫ ਤਾਂ ਉਹਦੀ ਬਾਹਰ ਹੀ ਹੈ, ਬਾਕੀ ਦੂਜਿਆਂ ਦਾ ਪਤਾ ਕਰ ਲੈਂਦੇ ਕਿੱਥੇ। ਸਰ, ਕਿਆ ਨਾਮ ਹੈ ਯੁਵਕ ਔਰ ਕਿਸ ਗਾਓਂ ਕੀ ਇਹ ਘਟਨਾ? ਇਹ ਹੈਗੀ ਹੈ ਜੀ ਹਰੀਏਵਾਲ ਦੀ, ਅਤੇ ਜਿਹੜਾ ਮਰਨ ਵਾਲਾ ਬੰਦਾ ਉਹਦਾ ਨਾਮ ਹੈਗਾ ਮੁੰਡਾ ਜਿਹੜਾ, ਉਹਦਾ ਨਾਮ ਸੰਦੀਪ ਸਿੰਘ ਹੈ। ਯਹ ਥੀ ਮੋਗਾ ਸੇ ਵਿਪਿਨ ਓਂਕਾਰਾ ਕੀ ਰਿਪੋਰਟ। ਆਪ ਦੇਖਤੇ ਰਹੇ ਵੌਇਸ ਆਫ ਇੰਡੀਆ।